ਅੰਮ੍ਰਿਤਸਰ ਚ ਸ਼ਕਤੀ ਅਤੇ ਰਾਣੀ ਝਾਂਸੀ ਸੁਸਾਇਟੀ ਵੱਲੋਂ ਨਸ਼ੇ ਦੇ ਖਿਲਾਫ਼ ਚਲਾਏ ਜਾ ਰਹੇ ਅਭਿਆਨ ਤਹਿਤ ਗੇਟ ਹੱਗਿਆ ਚ ਨਸ਼ੇ ਦੇ ਖਿਲਾਫ਼ ਇੱਕ ਨਾਟਕ ਖੇਡਿਆ ਗਿਆ ਜਿਸ ਦੀ ਇਲਾਕੇ ਦੇ ਲੋਕਾਂ ਵੱਲੋਂ ਖੂਬ ਪ੍ਰਸੰਸਾ ਕੀਤੀ ਗਈ। ਇਸ ਮੌਕੇ ਸਾਬਕਾ ਸਿਹਤ ਮੰਤਰੀ ਪ੍ਰੋਫੈਸਰ ਲਕਸ਼ਮੀਕਾਂਤ ਚਾਵਲਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਟਕ ਦਾ ਮੁੱਖ ਮਕਸਦ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨਾ ਹੈ। ਰਾਣੀ ਝਾਂਸੀ ਸੁਸਾਇਟੀ ਔਰ ਸ਼ਕਤੀ ਪ੍ਰੋਗਰਾਮ ਕਾ ਸ਼ਕਤੀ ਸੰਸਥਾ ਕਾ ਇੱਕ ਲਕਸ਼ ਹੈ ਕਿ ਨਸ਼ੋਂ ਕੇ ਵਿਰੁੱਧ ਜਨਤਾ ਕੋ ਜਗਾਏ ਔਰ ਲੋਕ ਆਪਣੇ ਆਪ ਸ਼ਰਾਬ ਆਦਿ ਨਸ਼ੇ ਛੋੜੇ। ਇਸ ਕੜੀ ਮੇ ਆਜ ਹਮ ਗੇਟ ਹਕੀਮਾ ਕੇ ਬਾਹਰ ਖੜੇ ਹੈ ਕਿ ਜੋ ਲੋਕ ਸ਼ਰਾਬ ਪੀਤੇ ਹੈ, ਘਰ ਉਜਾੜਤੇ ਹੈ, ਘਰੋਂ ਮੇ ਲੜਾਈ ਕਲੇਸ਼ ਹੋਤਾ ਹੈ ਔਰ ਜਿਸਕੋ ਚਿੱਟਾ ਕਹਿਤੇ ਹੈ, ਉਹ ਚਿੱਟਾ ਕਰਕੇ ਆਪਣੇ ਜ਼ਮੀਨੇ ਔਰ ਮਕਾਨ ਤੱਕ ਵੇਚ ਦੇਤੇ ਹੈ। ਤੋ ਇਸ ਇਲਾਕੇ ਕੇ ਲੋਗੋ ਮੇ ਔਰ ਸ਼ਹਿਰ ਕੇ ਲੋਗੋ ਮੇ ਜਾਗ੍ਰਿਤੀ ਕਰਨੇ ਕੇ ਲੀਏ ਯੇ ਨਾਟਕ ਕੀਆ ਜਾ ਰਹਾ ਹੈ। For all updated news, please subscribe Eva News and ring the bell.